ਸਾਤਰੀਆ ਕਾਲ ਤੁਸੀਂ ਦੇਖ ਰਹੇ ਹੋ ਅਮਰਤ ਪ੍ਰਸਾਰ ਮੈਂ ਹਾਂ ਚੰਚਲ ਮਨੋਰ ਸਿੰਘ ਚਰਚਾ ਕਰਾਂਗੇ ਕਿ ਇੱਕ ਬੜਾ ਵੱਡਾ ਧਮਾਕਾ ਹੋਇਆ ਹੈ ਜਲੰਧਰ ਵਿਖੇ ਕੱਲ ਧਮਾਕਾ ਹੋਇਆ ਸ਼ਾਮ ਨੂੰ ਕਿ ਜਿਹੜੇ ਵਿਰੋਧੀ ਗਰੁੱਪ ਸੀਗੀ ਬਹੁਤ ਵੱਡਾ ਗਰੁੱਪ ਸੀਗਾ ਉਸ ਨੇ ਇਹ ਮੰਗ ਕੀਤੀ ਹੈ ਕਿ ਸੁਖਬੀਰ ਸਿੰਘ ਬਾਦਲ ਜੋ ਪਰਦਾ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਹ ਆਪਣੇ ਉਹਦੇ ਤੋਂ ਰਿਜ਼ਾਈਨ ਕਰਨ ਇਹ ਬਹੁਤ ਵੱਡੀ ਡਵੈਲਪਮੈਂਟ ਹੈ ਇਸ ਦੇ ਨਾਲ ਹੀ ਹੁਣ ਇਹ ਦੇਖਿਆ ਜਾਣਾ ਕਿ ਸੁਖਵੀਰ ਬਾਦਲ ਜੋ ਚੰਡੀਗੜ੍ਹ ਚ ਮੀਟਿੰਗ ਕਰ ਰਹੇ ਹਨ ਉਹ ਕੀ ਕਰਦੇ ਹਨ ਸਵਾਲ ਇਹ ਹੈ ਕਿ ਬੜੀ ਦੇਰ ਦਾ ਜੋ ਖਿਚੜੀ ਪੱਕ ਰਹੀ ਸੀ ਔਰ ਸੁਖਵੀਰ ਦਾ ਜਾਣਾ ਨਿਸ਼ਚਿਤ ਹੋਇਆ ਹੋਇਆ ਸੀ ਇਹ ਤਾਂ ਮੈਂ ਕਈ ਵੀਡੀਓ ਕਰ ਚੁੱਕਾ ਔਰ ਇਸ ਸਾਰੇ ਵਰਦਾਰੇ ਵਿੱਚ ਮੀਟਿੰਗਾਂ ਜਲੰਧਰ ਵਿੱਚ ਹੋ ਰੀਆਂ ਸਨ ਔਰ ਇਹਨਾਂ ਮੀਟਿੰਗਾਂ ਦੇ ਵਿੱਚ ਸਰਦਾਰ ਵਰਜਿੰਦਰ ਸਿੰਘ ਐਡੀਟਰ ਇਨ ਚੀਫ ਅਜੀਤ ਸਮੂ ਵੀ ਹਿੱਸਾ ਲੈ ਰਹੇ ਸਨ ਉਹ ਵੀ ਉਹਦੇ ਵਿੱਚ ਸੁਣਿਆ ਕਿ ਵੀ ਸਲਾਹ ਵੀ ਦੇ ਰਹੇ ਸਨ ਮਸ਼ਵਰਾ ਵੀ ਦੇ ਸੇ ਸਨ ਔਰ ਇਸ ਨੂੰ ਤੂਲ ਦੇ ਰਹੇ ਸਨ ਕਿ ਸੁਖਜੀਤ ਬਾਦਲ ਪਾਰਟੀ ਦੀ ਪ੍ਰਧਾਨਗੀ ਤੋਂ ਰਿਜ਼ਾਈਨ ਕਰੇ ਗੱਲ ਤਾਂ ਇਹ ਜੋ ਫੈਸਲਾ ਹੋਇਆ ਬਿਲਕੁਲ ਠੀਕ ਹੋਇਆ ਕਿਉਂਕਿ ਸੁਖਬੀਰ ਬਾਦਲ ਪਾਰਟੀ ਨੂੰ ਚਲਾਣ ਦੇ ਜਿਉਆ ਉਹਨਾਂ ਦੀ ਸਮਰੱਥਾ ਨਹੀਂ ਹੈ ਉਹਨਾਂ ਚ ਕਾਬਲੀਅਤ ਨਹੀਂ ਹੈ ਤਿੰਨ ਚੋਣਾਂ ਲਗਾਤਾਰ ਹਾਰ ਚੁੱਕੇ ਹਨ ਪਾਰਟੀ ਵਿੱਚ ਜੋ ਪੰਥਕ ਸੋਜ ਵਾਲੇ ਵੋਟਰ ਹਨ ਵਰਕਰ ਹਨ ਸਹਿਯੋਗੀ ਹਨ ਉਹ ਸਾਰੇ ਪਾਰਟੀ ਤੋਂ ਮੂ ਮੋੜ ਗਏ ਹਨ ਉਹਨਾਂ ਨੇ ਦੂਸਰੀਆਂ ਪਾਰਟੀਆਂ ਵਿੱਚ ਆਪਣੀਆਂ ਵੋਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਵਾਰੀ ਉਹਨਾਂ ਨੇ ਵੋਟਾਂ 2022 ਵਿੱਚ ਪਾ ਦਿੱਤੀਆਂ ਆਮ ਆਦਮੀ ਪਾਰਟੀ ਨੂੰ ਉਹਨਾਂ ਦੇ 92 ਐਮਐਲਏ ਜਿਤਾਤੇ ਜੋ ਨਾ ਆਮ ਆਦਮੀ ਨੇ ਸੋਚੇ ਸੀ ਨਾ ਕਿ ਕਿਸੇ ਹੋਰ ਨੇ ਹੁਣ ਸਵਾਲ ਹੈ ਕਿ ਸੁਖਵੀਰ ਬਾਦਲ ਕੀ ਕਰਨਗੇ ਸੁਖਵੀਰ ਬਾਦਲ ਨੇ ਚੁੱਪੀ ਥਾਣੀ ਹੋਈ ਹੈ ਉਹ ਇਸ ਮੁੱਦੇ ਉੱਤੇ ਕੋਈ ਸਟੇਟਮੈਂਟ ਨਹੀਂ ਦੇ ਰਹੇ ਔਰ ਉਹਨਾਂ ਨੇ ਜੋ 13 ਜੂਨ ਨੂੰ ਕੋਰ ਕਮੇਟੀ ਤੋਂ ਬਾਅਦ ਪ੍ਰੈਸ ਨੋਟ ਰਿਲੀਜ਼ ਕੀਤਾ ਸੀ ਉਹ ਪ੍ਰੈਸ ਨੋਟ ਦੱਸਿਆ ਜਾਂਦਾ ਹੈ ਕਿ ਅਰਚਨ ਸਿੰਘ ਬੈਂਸ ਨੇ ਲਿਖਿਆ ਸੀ ਅਰਚਨ ਬੈਂਸ ਨੇ ਜੋ ਕਿ ਇਸ ਪਰਿਵਾਰ ਨਾਲ ਬੜੇ ਲੰਮੇ ਸਮੇਂ ਤੋਂ ਜੁੜੇ ਹੋਏ ਹਨ ਮੀਡੀਆ ਐਡਵਾਈਜ਼ਰ ਹਨ 1980-81 ਤੋਂ ਉਹਨਾਂ ਨੇ ਉਹ ਪ੍ਰੈਸ ਨੋਟ ਲਿਖਿਆ ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਸੁਖਬੀਰ ਬਾਦਲ ਦੀ ਲੀਡਰਸ਼ਿਪ ਵਿੱਚ ਮੋੜ ਵਿਸ਼ਵਾਸ ਪ੍ਰਗਟਾਇਆ ਗਿਆ। ਵਿਸ਼ਵਾਸ ਦੇ ਮੁੱਦੇ ਉੱਤੇ ਪ੍ਰੈਸ ਨੋਟ ਦੇ ਮੁੱਦੇ ਉੱਤੇ ਲੜਾਈ ਝਗੜਾ ਸ਼ੁਰੂ ਹੋ ਗਿਆ। ਪ੍ਰੇਮ ਸਿੰਘ ਚੰਦੂ ਮਾਜਰਾ ਜੋ ਪਾਰਟੀ ਦੇ ਵਾਈਸ ਪ੍ਰੈਜ਼ੀਡੈਂਟ ਹਨ ਉਹਨਾਂ ਨੇ ਪ੍ਰੈਸ ਨੋਟ ਦੀਆਂ ਖਬਰਾਂ ਜਦੋਂ ਸਵੇਰੇ ਛਪੀਆਂ ਤਾਂ ਉਸੇ ਟਾਈਮ ਉਸ ਨੂੰ ਇਹ ਦੱਸਿਆ ਕਿ ਇਹ ਝੂਠਾ ਹੈ ਇਹ ਫੈਸਲਾ ਹੋਇਆ ਹੀ ਨਹੀਂ ਇਹ ਡਿਸਕਸ਼ਨ ਅੰਦਰ ਹੋਈ ਨਹੀਂ ਅੰਦਰ ਜੋ ਨੇਤਾ ਸਨ ਉਹਨਾਂ ਤੋਂ ਲੱਗ ਗਿਆ ਕਿ ਹੁਣ ਸੁਖਬੀਰ ਬਾਦਲ ਦੀ ਜਿਹੜੀ ਲੀਡਰਸ਼ਿਪ ਹੈ ਬਹੁਤੇ ਦਿਨ ਦੀ ਨਹੀਂ ਕਿਉਂਕਿ ਉਹਨਾਂ ਦੇ ਕੀਤਾ ਹੋਏ ਕੰਮਾਂ ਨੂੰ ਲੀਡਰ ਚੈਲੰਜ ਕਰਨ ਲੱਗ ਗਏ ਸਨ ਪ੍ਰੈਸ 'ਚ ਜਾਣ ਲੱਗੇ ਸਨ ਉਹਨਾਂ ਦੀ ਜੋ ਲੀਡਰਸ਼ਿਪ ਕੋਈ ਕਬੂਲ ਨਹੀਂ ਕਰ ਸਕਦੇ ਸਨ ਇਸ ਤੇ ਇੱਕ ਗੱਲ ਬੜੀ ਸਪਸ਼ਟ ਹੈ ਇਹ ਜਿਹੜੀ ਜਲੰਧਰ ਮੀਟਿੰਗ ਹੋਈ ਹੈ ਇਹਦੇ ਵਿੱਚ ਜਿਹੜਾ ਮੁੱਖ ਗੱਲਬਾਤ ਕੀਤੀ ਹੈ ਉਹ ਕੀਤੀ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਨੇ ਪ੍ਰੈਸ ਨਾਲ ਉਹਨਾਂ ਦੇ ਇੱਕ ਪਾਸੇ ਬੈਠੀਆਂ ਬੀਬੀ ਜਗੀਰ ਕੌਰ ਉਹ ਲੰਬੀ ਲੈਣ ਉਹਦੇ ਵਿੱਚ ਧਰਨਾ ਸਿੰਘ ਗੁਲਸ਼ਨ ਜੋ ਸਾਬਕਾ ਐਜੂਕੇਸ਼ਨ ਮਨਿਸਟਰ ਹੁੰਦੇ ਸਨ ਕੇਂਦਰ ਚ ਉਹਨਾਂ ਦੀ ਬੇਟੀ ਪਰਮਜੀਤ ਕੌਰ ਗੁਲਸ਼ਨ ਉਹਨਾਂ ਦੇ ਨਾਲ ਬੈਠਿਆ ਹਨ ਹਰਜੀਤ ਤਲਵੰਡੀ ਜਗਦੇਸ਼ ਸਿੰਘ ਤਲਵੰਡੀ ਦੀ ਵੱਡੀ ਬੇਟੀ ਅਤੇ ਹੋਰ ਲੀਡਰ ਜਿਵੇਂ ਭਾਈ ਮਨਜੀਤ ਸਿੰਘ ਸੁਖਦੇਵ ਸਿੰਘ ਢੀਂਡਸਾ ਫਿਰ ਉਹਨਾਂ ਦੇ ਨਾਲ ਹਨ ਸਿਕੰਦਰ ਸਿੰਘ ਮਲੂਕਾ ਸੁੱਚਾ ਸਿੰਘ ਛੋਟੇਪੁਰ ਸਵਰਨ ਸਿੰਘ ਫਲੌਰ ਗੁਰਪ੍ਰਤਾਪ ਸਿੰਘ ਵਡਾਲਾ ਔਰ ਇਹ ਬੜੀ ਲੰਬੀ ਲਿਸਟ ਹੈ ਚਰਨਜੀਤ ਸਿੰਘ ਬਰਾੜ surjit singh ਰਖੜਾ ਔਰ ਜਸਟਿਸ ਨਿਰਮਲ ਸਿੰਘ ਸੋ ਇਹ ਬੜੀ ਲਿਸਟ ਲੰਬੀ ਹੈ ਪਰ ਇਸ ਲਿਸਟ ਵਿੱਚ ਇੱਕ ਜਿਹੜੀ ਇੰਪੋਰਟੈਂਟ ਗੱਲ ਤੁਹਾਨੂੰ ਮੈਂ ਦੱਸਦਾ ਕਿ ਇਹਦੇ ਵਿੱਚ ਬਹੁਤ ਸਾਰੇ ਲੀਡਰ ਜੋ ਹਨ ਉਹ ਜੋ ਢਿੰਡਸਾ ਦਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸੀ ਉਹਦੇ ਲੀਡਰ ਇਹਨਾਂ ਵਿੱਚ ਨਵੀਂ ਐਂਟਰੀ ਹੈ ਬੀਬੀ ਜਗੀਰ ਕੌਰ ਰੌਣਦੀ ਔਰ ਇਹਨਾਂ ਦੇ ਨਾਲ ਭਾਈ ਮਨਜੀਤ ਸਿੰਘ ਜੀ ਔਰ ਚਰਨਜੀਤ ਬਰਾੜ ਸੋ ਇਦਾਂ ਅਸੀਂ ਦੇਖ ਰਹੇ ਹਾਂ ਕਿ ਵੀ ਇਹ ਇੱਕ ਵੱਡਾ ਗਰੁੱਪ ਬਣ ਗਿਆ ਹੈ ਇਨਾਂ ਨੇ 1 ਜੁਲਾਈ ਨੂੰ ਆਪਣਾ ਵਫਦ ਲੈ ਕੇ ਤਾਂ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਮਿਲਿਆ ਅਤੇ ਉਸ ਵਿੱਚ ਕੀ ਲਿਖਿਆ ਜਾਣਾ ਹੈ ਇਹਦੇ ਬਾਰੇ ਉਹ ਹਲੇ ਫੈਸਲਾ ਨਹੀਂ ਲਿਆ ਉਹਨਾਂ ਨੇ ਇਸ ਤੋਂ ਬਾਅਦ ਹੁਣ ਇਹ ਜੰਗ ਜਿਹੜੀ ਆ ਅਮੋ ਸਾਹਮਣੇ ਹੋਏਗੀ ਔਰ ਸੁਖਬੀਰ ਇੰਨੀ ਜਲਦੀ ਤਾਂ ਪ੍ਰਧਾਨਗੀ ਛੱਡਣਗੇ ਨਹੀਂ ਕਿਉਂਕਿ ਪਾਰਟੀ ਦਾ ਬਹੁਤ ਵੱਡਾ ਹਿੱਸਾ ਉਹਨਾਂ ਦੇ ਨਾਲ ਹੈ ਔਰ ਉਹ ਉਹਨਾਂ ਵਿੱਚੋਂ ਕਿੰਨੇ ਲੋਕ ਇੱਧਰ ਆਂਦੇ ਹਨ ਜਾਂ ਇਸ ਗੱਲ ਤੇ ਐਗਰੀ ਕਰਦੇ ਹਨ ਕਿ ਹੁਣ ਸੁਖਵੀਰ ਪਾਰਟੀ ਦੀ ਲੀਡਰਸ਼ਿਪ ਜਾਨੀ ਪ੍ਰਦਾਨਗੀ ਛੱਡ ਦੇ ਉਹ ਕੋਈ ਕਾਬਿਲ ਲੀਡਰ ਸਾਹ ਨਹੀਂ ਹੋ ਰਹੇ ਇਹ ਵੀ ਦੱਸਿਆ ਜਾਂਦਾ ਹੈ ਕਿ ਬਲਵਿੰਦਰ ਸਿੰਘ ਪੁੰਦੜ ਜਿਹੜੇ ਉਹਨਾਂ ਦਾ ਵੀ ਵਿਚਾਰ ਇਹ ਹੀ ਹੈ ਕਿ ਵੀ ਸੁਖਵੀਰ ਬਾਦਲ ਨੂੰ ਹੁਣ ਪਾਰਟੀ ਦੇ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੇ ਇੱਕ ਪਾਸੇ ਹੋ ਜਾਣਾ ਚਾਹੀਦਾ ਨਵੇਂ ਲੀਡਰ ਲਈ ਥਾਂ ਬਣਾ ਦੇਣੀ ਚਾਹੀਦੀ ਹੈ ਚਾਹੇ ਉਹ ਇਸ ਜਿਹੜਾ ਇਹ ਵਿਦਰੋਹੀ ਗਰੁੱਪ ਹੈ ਦੀ ਮੀਟਿੰਗਾਂ ਵਿੱਚ ਨਹੀਂ ਆਏ ਪਰ ਇਹ ਜੋ ਕੁਝ ਜਲੰਧਰ ਵਿੱਚ ਕੱਲ ਹੋ ਗਿਆ ਇਹ ਬੜੀ ਵਿਸ਼ੇਸ਼ ਡਵੈਲਪਮੈਂਟ ਹੈ ਇਸ ਨਾਲ ਇਹ ਹੁਣ ਆਖਰੀ ਲੜਾਈ ਹੈ ਬਾਦਲ ਪਰਵਾਰ ਦੇ ਅਗੇਂਸਟ ਕਿਉਂਕਿ ਦੂਜੇ ਪਾਸੇ ਵੀ ਜੋ ਰਹਿ ਗਏ ਹਨ ਉਹ ਹਨ ਸੁਖਬੀਰ ਬਾਦਲ, ਸਿਮਰ ਹਰਸਿਮਰਤ ਕੌਰ ਬਾਦਲ, ਵਿਕਰਮ ਮਜੀਠੀਆ ਔਰ ਅਰਸਾ ਸਿੰਘ ਬਲਟੋਆ ਤੋਂ ਡਾਕਟਰ ਚੀਮਾ ਔਰ ਇਦਾਂ ਦੇ ਹੋਰ ਬੜੇ ਲੀਡਰ ਹਨ ਕਈ ਨਿਊਟਰਲ ਚੱਲ ਰਹੇ ਹਨ ਕਈ ਇਸ ਗੱਲ ਦੀ ਤਾਕ ਵਿੱਚ ਹਨ ਕਿ ਜਿਹੜਾ ਪਾਸਾ ਭਾਰੀ ਹੋਏਗਾ ਉਸ ਪਾਸੇ ਚਲੇ ਜਾਵਾਂਗੇ ਸੋ ਇਹ ਬਹੁਤ ਵੱਡੀ ਡਵੈਲਪਮੈਂਟ ਹੋਈ ਹੈ ਔਰ ਸੁਖਬੀਰ ਬਾਦਲ ਨੂੰ ਇੱਕ ਅਜੀਹਾ ਝਟਕਾ ਲੱਗਿਆ ਕਿ ਉਹਦਾ ਕੈਰੀਅਰ ਜੋ ਹੈ ਪੋਲੀਟੀਕਲ ਤੇ ਬਾਦਲ ਪਰਿਵਾਰ ਦਾ ਵੀ ਹੁਣ ਇਹ ਆਖਰੀ ਦੌਰ ਸੀ ਸ਼ੋਨੀ ਅਕਾਲੀ ਦਲ ਉੱਪਰ ਰਾਜ ਕਰਨ ਦਾ ਐਸਜੀਪੀਸੀ ਤੇ ਰਾਜ ਕਰਨ ਦਾ ਔਰ ਅਕਾਲ ਤਖਤ ਦੇ ਜਥੇਦਾਰ ਸਾਹਿਬ ਜੀ ਨੂੰ ਡਾਇਰੈਕਸ਼ਨਾਂ ਦੇਣ ਦਾ ਇਹ ਸਾਰਾ ਕੁਝ ਹੁਣ ਮੁਕਦਾ ਲੱਗਦਾ ਜਿਹੜਾ ਵੀ ਲੀਡਰ ਹੁਣ ਬਣੇਗਾ ਅਕਾਲੀ ਦਲ ਦਾ ਪ੍ਰੈਜ਼ੀਡੈਂਟ ਉਹਦੇ ਵਿੱਚ ਦੋ ਨਾਂ ਚੱਲ ਰਹੇ ਹਨ ਉਹਨਾਂ ਚ ਇੱਕ ਮੁੱਖ ਨਾਂ ਹੈ ਬੀਬੀ ਜਗੀਰ ਕੌਰ ਜੀ ਦਾ ਦੂਸਰਾ ਨਾਂ ਚੱਲ ਰਿਹਾ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਦਾ ਅਤੇ ਕੁਝ ਹੋਰ ਵੀ ਨਾਂ ਚੱਲ ਰਹੇ ਹਨ ਪਰ ਹੁਣ ਦੇਖੋ ਇਹਨਾਂ ਵਿੱਚੋਂ ਕਿਹੜਾ ਲੀਡਰ ਜਿਹੜਾ ਉਸ ਨੂੰ ਪ੍ਰਧਾਨਗੀ ਸੌਂਪੀ ਜਾਂਦੀ ਹੈ ਜਾਂ ਦੋਵੇਂ ਗਰੁੱਪਾਂ ਵਿੱਚ ਬੈਠ ਕੇ ਕੋਈ ਫੈਸਲਾ ਹੁੰਦਾ ਹੈ ਜਾਂ ਜਦੋਂ ਸੰਵਾਦ ਹੋਏਗਾ ਉਹਦੇ ਵਿੱਚ ਇੱਕ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜ ਪ੍ਰਧਾਨੀ ਬਣਾ ਦਿੱਤੀ ਜਾਏ ਪੰਜ ਮੈਂਬਰਾਂ ਦੀ ਕਮੇਟੀ ਬਣਾ ਦਿੱਤੀ ਜਾਏ ਉਹ ਪਾਰਟੀ ਨੂੰ ਚਲਾਏ ਸੋ ਇਹ ਨਹੀਂ ਪਤਾ ਕਿ ਹੁਣ ਸੁਖਵੀਰ ਬਾਦਲ ਕਿਹੜੀ ਜਿਹੜੀ ਹੈਗੀ ਇਹ ਡਿਮਾਂਡ ਉਹਦੇ ਤੇ ਐਗਰੀ ਕਰਨਗੇ ਪਰ ਇਹ ਸਪਸ਼ਟ ਹੈ ਕਿ ਉਹ ਜੋ ਵੋਟਾਂ ਵਿੱਚ ਤਾਂ ਉਹ ਹਾਰ ਚੁੱਕੇ ਹਨ ਉਹਨਾਂ ਕੋਈ ਕੋਈ ਸਮਰਥਾ ਨਹੀਂ ਲੋਕ ਉਹਨਾਂ ਨੂੰ ਫਾਲੋ ਨਹੀਂ ਕਰਦੇ ਪੰਜਾਬ ਪੰਥਕ ਜੋ ਸੋਚ ਵਾਲੇ ਲੋਕਾਂ ਕੋਈ ਉਹਨਾਂ ਨੂੰ ਪਸੰਦ ਨਹੀਂ ਕਰਦਾ ਉਹਨਾਂ ਨੇ ਬਹੁਤ ਵੱਡੀਆਂ ਅਹਿਮ ਗਲਤੀਆਂ ਕੀਤੀਆਂ ਸਭ ਤੋਂ ਵੱਡੀ ਗਲਤੀ ਤਾਂ ਉਹਨਾਂ ਨੇ ਕੀਤੀ ਹੈ ਜੋ ਸਿਰਸੇ ਵਾਲੇ ਬਾਬੇ ਨੂੰ ਇੱਕ ਵਾਰੀ ਕੱਢਿਆ ਫਿਰ ਅਕਾਲ ਤਖਤ ਦੇ ਜਥੇਦਾਰ ਸਾਹਿਬ ਤੋਂ ਉਹਨਾਂ ਨੇ ਦੂਸਰਾ ਫੈਸਲਾ ਕਰਵਾ ਲਿਆ ਉਹਨਾਂ ਨਾਲ ਜਿਹੜਾ ਸੋਸ਼ਲ ਬਾਈਕ ਆਡ ਸੀ ਉਹ ਖਤਮ ਕਰਤਾ ਜਦੋਂ ਫੇਰ ਪ੍ਰੈਸ਼ਰ ਪਿਆ ਤਾਂ ਫੇਰ ਉਹਨਾਂ ਨੇ ਸੋਸ਼ਲ ਬਾਈਕ ਆਡ ਜਿਹੜਾ ਸੀਗਾ ਮੁੜ ਕਰਾਤਾ 90 ਲੱਖ ਰੁਪਏ ਦੀਆਂ ਐਡ ਲਾਇਆ ਇਹ ਦੂਸਰਾ ਜਿਹੜਾ ਬੇਅਦਬੀਆਂ ਦੇ ਕੇਸ ਹਨ ਔਰ ਬੈਬਲ ਕਲਾਮ ਵਿੱਚ ਜੋ ਫਾਇਰਿੰਗ ਹੋਈ ਹੈ ਉਹਦੇ ਜਿਮਵਾਰ ਇਹਨਾਂ ਨੂੰ ਹੀ ਠਰਾਇਆ ਜਾ ਰਿਹਾ ਏਕ ਕੇਸ ਵਿੱਚ ਦੋਸ਼ੀ ਬੀਅਨ ਇਹਨਾਂ ਨਾਲ ਜੋ ਹੈ ਸੁਮੇਧ ਸੈਣੀ ਡੀਜੀਪੀ ਲਾਇਆ ਇਹਨਾਂ ਨੇ ਜਿਨ੍ਹਾਂ ਨੇ ਸਿੱਖ ਬੱਚਿਆਂ ਨੂੰ ਜਿਹੜਾ ਫੇਕ ਅਨਕਾਉਂਟਰਾਂ ਚ ਮਾਰਿਆ ਔਰ ਇਹਨਾਂ ਨੇ ਆਲਮ ਹਜ਼ਾਰ ਆਲਮ ਨੂੰ ਵੀ ਜਿਹਦੇ ਆਲਮ ਸੈਨਾ ਬਣਾਈ ਹੋਈ ਸੀ ਜਦੋਂ ਐਸਐਸਪੀ ਸੀਗਾ ਉਹ ਅੰਮ੍ਰਿਤਸਰ ਦਾ ਅਤੇ ਉਸ ਨੂੰ ਵੀ ਇਹਨਾਂ ਨੇ ਜੋ ਹੈ ਵਕ ਬੋਰਡ ਦਾ ਚੇਅਰਮੈਨ ਲਾਇਆ ਉਹਦੀ بیوی ਨੂੰ ਐਮ ਐਲ ਏ ਦੀ ਟਿਕਟ ਦਿੱਤੀ ਇਸ ਵਰਕਾਰ ਇਹਨਾਂ ਦੇ ਅਗੇਂਸਟ ਪੰਥ ਦਾ ਇੰਨਾ ਗੁੱਸਾ ਕਿ ਇਹਦੇ ਇਹਦੇ ਕਹਿਣ ਤੇ ਪੰਥ ਇਹਨਾਂ ਨੂੰ ਵੋਟਾਂ ਨਹੀਂ ਪਾ ਰਿਆ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਤੇ ਨਾਰਾ ਕੀ ਦਿੱਤਾ ਸਲੋਗਨ ਜੋ ਉਹਨਾਂ ਨੇ ਜਨਤਾ ਵਿੱਚ ਲੈ ਜਾਣਾ ਜਿੱਦਾਂ ਉਹਨਾਂ ਨੇ ਪ੍ਰਚਾਰ ਕਰਨਾ ਉਹ ਹੈ ਪੰਥ ਬਚਾਓ ਪੰਜਾਬ ਬਚਾਓ ਹੁਣ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਤੋਂ ਹੀ ਪੰਥ ਨੂੰ ਬਚਾਇਆ ਜਾ ਰਿਹਾ ਔਰ ਪੰਥ بچਾਓ ਪੰਜਾਬ ਵੀ ਇਹਨਾਂ ਤੋਂ ਬਚਾਣਾ ਜਾਨੀ ਇਹ ਤੁਸੀਂ ਇਹਨਾਂ ਦੇ ਪਰਿਵਾਰ ਦਾ ਦੁਖਾਂਤ ਦੇਖੋ ਟਰੈਜੀ ਕਿ ਇਹ ਕਿਸ slogan ਤੇ ਇਹਨਾਂ ਤੋਂ ਸਮਾਪਤੀ ਹੋ ਰਹੀ ਹੈ ਇਹਨਾਂ ਦੀ ਪਾਰਟੀ ਤੋਂ ਕਬਜ਼ਾ ਵਾਪਸ ਲੈਣ ਦੀ ਗੱਲ ਚੱਲ ਰਹੀ ਹੈ ਕਿ ਇਹ ਪੰਜਾਬ ਦੇ ਵੀ ਦੁਸ਼ਮਣ ਹਨ ਪੰਥ ਦੇ ਵੀ ਦੁਸ਼ਮਣ ਔਰ ਹੁਣ ਇਹਨਾਂ ਦੀਆਂ ਜੜ੍ਹਾਂ ਵੜਨ ਲਈ ਜੋ ਭਾਰਤੀ ਜਨਤਾ ਪਾਰਟੀ ਹੈ ਉਹ ਵੀ ਆ ਗਈ ਹੈ ਇਸ ਚਰਚਾ ਨੂੰ ਇੱਥੇ ਸਮਾਪਤ ਕਰਦੇ ਆਂ ਇਹਦੀ ਲੰਬੀ ਡਿਟੇਲ ਵਕਰੀ ਇੱਕ ਸਟੋਰੀ ਕਰਾਂਗੇ ਅਤੇ ਉਹਦੇ ਵਿੱਚ ਦੱਸਾਂਗੇ ਬਾਕੀ ਦੀਆਂ ਗੱਲਾਂ ਧੰਨਵਾਦ ਸਤਿ ਸ੍ਰੀ ਅਕਾਲ